ਬਈ ਸਾਨੂੰ ਕੀ ਤੁਸੀਂ ਸਿਹਤਮੰਦ ਬਣਾਉਣਾ ਚਾਹੁੰਦੇ ਆ ਜਾਂ ਸਾਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਆ। ਯੂ ਜਿਵੇਂ ਸਟ੍ਰੈਸ ਹੋਏਗੀ ਜਾਂ ਕੁਛ ਹੈ, ਜੇ ਐਕਸਰਸਾਈਜ਼ ਲਗਾ ਨਹੀਂ ਸਕੂਗਾ ਕਿੱਥੇ ਜਾਊਗਾ, ਸ਼ਰਾਬ ਦੇ ਠੇਕਿਆਂ 'ਤੇ। ਅਤੇ ਸਾਡੇ ਜਿੰਮਾਂ ਨੂੰ ਵੀ 50% ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਜਿੰਮ ਦਾ ਕੰਮ ਤੁਸੀਂ ਜਾਣਦੇ ਹੋ 2019 ਤੋਂ ਜਦੋਂ ਤੋਂ ਕੋਵਿਡ ਆਇਆ ਵਾ, ਸਭ ਤੋਂ ਵੱਡੀ ਮਾਰ ਜਿਹੜੀ ਆ ਉਹ ਜਿੰਮ ਕਾਰੋਬਾਰੀਆਂ ਦੀ ਪਈ। ਸਰ ਪਿਛਲੀ ਵਾਰ ਤੁਸੀਂ ਦੇਖਿਆ ਵਾ, ਤੁਸੀਂ ਬਹੁਤ ਕਵਰ ਕੀਤਾ ਵਾ, ਸੁਸਾਈਡ ਤੱਕ ਹੋਈਆਂ ਨੇ। ਸਾਡਾ ਵਰਿੰਦਰ ਕੋਹਲੀ ਮੁੰਡਾ ਵਾ, ਉਹਨੇ ਸੁਸਾਈਡ ਕੀਤੀ ਇਹੀ ਕਾਰਨਾਂ ਕਰਕੇ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਈ ਸੀ ਜਿੰਮ ਬੰਦ ਹੋਣ ਕਰਕੇ। ਪੰਜਾਬ 'ਚ 10,000 ਦੇ ਕਰੀਬ ਜਿੰਮ ਆ ਜਿਹਦੇ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਇਹ ਤੋਂ ਚੱਲਦੀ ਹੈ। ਸੋ 10,000 ਦੇ ਕਰੀਬ ਜਿੰਮਾਂ ਦੇ ਵਿੱਚ 50,000 ਫੈਮਲੀਆਂ ਜਿਹੜੀਆਂ ਨੇ ਆਪਣਾ ਕੰਮ ਕਰਦੀਆਂ ਨੇ। ਸੋ ਮੇਰੀ ਡੀਸੀ ਸਾਹਿਬ ਨੂੰ ਇਹੀ ਬੇਨਤੀ ਆ ਵੀ ਉਹਨਾਂ ਨੂੰ ਨਾ ਮਾਰੋ ਅਤੇ ਕੋਈ ਨਾ ਕੋਈ ਇਹੋ ਜਿਹਾ ਪੈਰਾਮੀਟਰ ਕੱਢੋ ਜਿਹਦੇ ਨਾਲ ਸਾਡਾ ਰੋਜ਼ਗਾਰ ਵੀ ਦੂਜੇ ਰੋਜ਼ਗਾਰਾਂ ਦਾ ਤਰ੍ਹਾਂ ਚੱਲ ਸਕੇ। ਅਗਰ ਜਲਦੀ ਇਹ ਜਿੰਮ ਓਪਨ ਨਾ ਕਰਾਏ ਤਾਂ ਫਿਰ ਸਾਨੂੰ ਹੋਰ ਸੰਘਰਸ਼ ਜਿਹੜਾ ਤੇਜ਼ ਕਰਨਾ ਪਏਗਾ। ਅਮਰਜੋਤ ਸਿੰਘ, ਜਨਰਲ ਸੈਕਟਰੀ ਆਫ ਜਿੰਮ ਏਕਤਾ ਐਸੋਸੀਏਸ਼ਨ। ਅੱਜ ਐਸੋਸੀਏਸ਼ਨ ਵੱਲੋਂ, ਸਾਰੇ ਜਿੰਮਾਂ ਦੀ ਐਸੋਸੀਏਸ਼ਨ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਇਆ ਤਾਂ ਕਿ ਸਾਡਾ ਵੀ ਜਿਵੇਂ ਸਾਰੇ ਅਦਾਰੇ ਖੁੱਲ੍ਹੇ ਆ, ਇਹ ਵੀ ਸਾਡਾ ਵੀ ਜਿਹੜਾ 50% ਦੇ ਹਿਸਾਬ ਨਾਲ ਸਾਨੂੰ ਵੀ ਗਾਈਡਲਾਈਨ ਇਸ਼ੂ ਕੀਤੀ ਜਾਏ ਤਾਂ ਕਿ ਜਿੰਮ ਓਪਨ ਕੀਤੇ ਜਾਣ। ਦੇਖੋ, ਜਿੰਮ ਜਿਹੜਾ ਹੈਗਾ ਉਹ ਇਮਿਊਨਿਟੀ ਨੂੰ ਸਟਰੋਂਗ ਕਰਦਾ। ਉਸ ਤੋਂ ਇਲਾਵਾ ਆ ਪੰਜਾਬ ਦੇ ਬਠਿੰਡੇ ਵੀ ਖੋਲ੍ਹਤੇ ਡੀਸੀ ਸਾਹਿਬ ਨੇ ਅਤੇ ਮੁਕਤਸਰ ਸਾਹਿਬ ਦੇ ਡੀਸੀ ਸਾਹਿਬ ਨੇ ਵੀ ਜਿੰਮ ਓਪਨ ਕਰਤੇ ਆ 50% ਹਿਸਾਬ ਨਾਲ। ਜਿਹੜੇ ਹੈਗੇ ਆ ਚੰਡੀਗੜ੍ਹ ਦੇ ਵਿੱਚ ਜਿੰਮ ਓਪਨ ਕਰਤੇ ਆ, ਉਹ ਵੀ ਅਸੀਂ ਡੀਸੀ ਸਾਹਿਬ ਨੂੰ ਕਹਿਣ ਲੱਗੇ ਕਿ ਲੁਧਿਆਣੇ ਵਿੱਚ ਵੀ ਜਲਦੀ ਤੋਂ ਜਲਦੀ ਓਪਨ ਕੀਤੇ ਜਾਣ। ਉਹੀ ਤਾਂ ਸਮਝ ਲੱਗਦੀ ਕਿ ਜਿੰਮ ਇੱਕ ਸੋਫਟ ਟਾਰਗੇਟ ਕਿਉਂ ਹੈ, ਜਦਕਿ ਜਿੰਮ ਜਦੋਂ ਜਿੰਮ ਓਪਨ ਹੁੰਦਾ ਯੂਥ ਵੀ ਸਹੀ ਦਿਸ਼ਾ ਵਿੱਚ ਜਾਂਦਾ। ਹੁਣ ਤੁਸੀਂ ਆਪ ਲਗਾ ਲਓ ਕਿ ਯੂਥ ਜਿਵੇਂ ਸਟ੍ਰੈਸ ਹੋਏਗੀ ਜਾਂ ਕੁਛ ਹੈ, ਜਿੰਮ ਐਕਸਰਸਾਈਜ਼ ਲਗਾ ਨਹੀਂ ਸਕੂਗਾ ਕਿੱਥੇ ਜਾਊਗਾ, ਸ਼ਰਾਬ ਦੇ ਠੇਕਿਆਂ 'ਤੇ। ਸਰ ਪਿੱਛੇ ਸਰਕਾਰ ਨੇ ਆਰਡਰ ਕੀਤਾ ਵਾ ਵੀ ਜਿੰਮ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣ, ਅਤੇ ਅਸੀਂ ਅੱਜ ਡੀ ਸੀ ਸਾਹਿਬ ਕੋਲ ਆਏ ਹਾਂ ਵੀ ਬਾਕੀ ਕੰਮਾਂ ਦੇ ਨਾਲ ਜਿੱਥੇ ਪੱਬ ਖੋਲ੍ਹ ਸਕਦੇ ਆ, ਬਾਰ ਖੋਲ੍ਹ ਸਕਦੇ ਆ, ਰੈਸਟੋਰੈਂਟ ਖੋਲ੍ਹ ਸਕਦੇ ਆ 50% ਸਮਰੱਥਾ ਦੇ ਨਾਲ, ਅਤੇ ਸਾਡੇ ਜਿੰਮਾਂ ਨੂੰ ਵੀ 50% ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਜਿੰਮ ਦਾ ਕੰਮ ਤੁਸੀਂ ਜਾਣਦੇ ਹੋ 2019 ਤੋਂ ਜਦੋਂ ਤੋਂ ਕੋਵਿਡ ਆਇਆ ਵਾ, ਸਭ ਤੋਂ ਵੱਡੀ ਮਾਰ ਜਿਹੜੀ ਆ ਉਹ ਜਿੰਮ ਕਾਰੋਬਾਰੀਆਂ ਦੀ ਪਈ ਆ। ਚਾਹੇ ਉਹ ਡਾਇਰੈਕਟਲੀ ਜਿੰਮ ਦੇ ਮਾਲਕ ਹੋਣ, ਜਿੰਮ ਦੇ ਟ੍ਰੇਨਰ ਹੋਣ, ਜਾਂ ਜਿੰਮ ਨਾਲ ਐਸੋਸੀਏਟਡ ਚਾਹੇ ਉਹ ਮਸ਼ੀਨਾਂ ਬਣਾਉਣੇ ਹੋਣ, ਕੋਈ ਵੀ ਹੋਵੇ, ਤਾਂ ਜਿੰਮ ਦਾ ਕਾਰੋਬਾਰ ਇੱਕ ਇਹੋ ਜਿਹਾ ਕਾਰੋਬਾਰ ਆ ਜਿਹੜਾ ਇਹ ਆਖਰੀ ਸਾਹਾਂ 'ਤੇ ਆ। ਅਤੇ ਡੀ ਸੀ ਸਾਹਿਬ ਨੂੰ ਅਸੀਂ ਇਹੀ ਰਿਕੁਐਸਟ ਕਰਨ ਆਏ ਹਾਂ ਵੀ ਵੈਂਟੀਲੇਟਰ 'ਤੇ ਲੱਗੀ ਹੋਈ ਇੰਡਸਟਰੀ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਜਾਵੇ ਤਾਂ ਕਿ ਇਹ ਵੀ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਫਿਰ ਸਮਾਜ ਦੀ ਸੇਵਾ ਕਰ ਸਕੀਏ। ਕਾਫੀ ਲੰਬਾ ਸਮਾਂ ਪਹਿਲਾਂ ਵੀ ਜਿਹੜੇ ਜਿੰਮ ਨੇ ਬੰਦ ਰਹੇ ਨੇ, ਜੇ ਮੁੜ ਤੋਂ ਅਜਿਹੀ ਪੋਜੀਸ਼ਨ ਆਉਂਦੀ ਦੁਬਾਰਾ ਨਹੀਂ ਮੰਨੀ ਜਾਣੀ ਮੰਗੋ ਤਾਂ ਕਿੱਦਾਂ ਦੇ ਹਾਲਾਤ? ਸਰ ਪਿਛਲੀ ਵਾਰ ਤੁਸੀਂ ਦੇਖਿਆ ਵਾ, ਤੁਸੀਂ ਬਹੁਤ ਕਵਰ ਕੀਤਾ ਵਾ, ਸੁਸਾਈਡ ਤੱਕ ਹੋਈਆਂ ਨੇ। ਸਾਡਾ ਵਰਿੰਦਰ ਕੋਹਲੀ ਮੁੰਡਾ ਵਾ, ਉਹਨੇ ਸੁਸਾਈਡ ਕੀਤੀ ਇਹੀ ਕਾਰਨਾਂ ਕਰਕੇ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਈ ਸੀ ਜਿੰਮ ਬੰਦ ਹੋਣ ਕਰਕੇ, ਅਤੇ ਹੋਰ ਵੀ ਕਈ ਸੁਸਾਈਡੀਆਂ ਥਰੂ ਆਊਟ ਇੰਡੀਆ ਹੋਈਆਂ ਨੇ, ਅਤੇ ਫਿਰ ਉਹੀ ਨੌਬਤ ਆ ਇਸ ਵਾਰੀ, ਪਹਿਲਾਂ ਜੇ 5-7 ਹੋਈਆਂ ਨੇ ਇੱਕ 50-60-70 ਹੋਣਗੀਆਂ। ਸੋ ਮਰਦਾ ਕਿਆ ਨਾ ਕਰਦਾ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਰੋਜ਼ੀ ਰੋਟੀ ਲਈ ਸੜਕਾਂ 'ਤੇ ਵੀ ਆਉਣਾ ਪਿਆ, ਤਾਂ ਸਾਰੀ ਜਿਹੜੀ ਟੀਮ ਆ ਉਹ ਸੜਕਾਂ 'ਤੇ ਵੀ ਆਉਣ ਨੂੰ ਸਾਡੀ ਤਿਆਰ ਆ। ਅਤੇ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੂੰਗਾ ਵੀ ਪੰਜਾਬ 'ਚ 10,000 ਦੇ ਕਰੀਬ ਜਿੰਮ ਆ ਜਿਹਦੇ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਇਹ ਤੋਂ ਚੱਲਦੀ ਹੈ। ਸੋ 10,000 ਦੇ ਕਰੀਬ ਜਿੰਮਾਂ ਦੇ ਵਿੱਚ 50,000 ਫੈਮਲੀਆਂ ਜਿਹੜੀਆਂ ਨੇ ਆਪਣਾ ਕੰਮ ਕਰਦੀਆਂ ਨੇ। ਸੋ ਮੇਰੀ ਡੀਸੀ ਸਾਹਿਬ ਨੂੰ ਇਹੀ ਬੇਨਤੀ ਆ ਵੀ ਉਹਨਾਂ ਨੂੰ ਨਾ ਮਾਰੋ ਅਤੇ ਕੋਈ ਨਾ ਕੋਈ ਇਹੋ ਜਿਹਾ ਪੈਰਾਮੀਟਰ ਕੱਢੋ ਜਿਹਦੇ ਨਾਲ ਸਾਡਾ ਰੋਜ਼ਗਾਰ ਵੀ ਦੂਜੇ ਰੋਜ਼ਗਾਰਾਂ ਦਾ ਤਰ੍ਹਾਂ ਚੱਲ ਸਕੇ। ਅਗਲਾ ਆਪਣੇ ਜਿਹੜਾ ਸਾਨੂੰ ਅਧਿਕਾਰ ਆ, ਰੋਜ਼ਗਾਰ ਦਾ ਅਧਿਕਾਰ, ਜਿਉਂਦਾ ਰਹਿਣ ਦਾ ਅਧਿਕਾਰ, ਜਿਹੜਾ ਸਾਡੇ ਸੰਵਿਧਾਨ ਅਨੁਸਾਰ ਆ, ਸੰਵਿਧਾਨ ਅਨੁਸਾਰ ਅਸੀਂ ਜੋ ਵੀ ਕਾਰਵਾਈ ਆ, ਚਾਹੇ ਉਹ ਸਾਡਾ ਧਰਨੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ, ਜਾਂ ਆਪਣੇ ਰਾਈਟਸ ਲਈ ਲੜਨ ਦਾ ਜਿਹੜਾ ਹੱਕ ਸਾਨੂੰ ਸਾਡੇ ਕੰਸਟੀਟਿਊਸ਼ਨ ਤੋਂ ਮਿਲਿਆ ਵਾ, ਅਸੀਂ ਉਹਦੇ ਮੁਤਾਬਿਕ ਅਗਲਾ ਆਪਣਾ ਪ੍ਰਦਰਸ਼ਨ ਕਰਾਂਗੇ। ਅੱਜ ਅਸੀਂ ਜਿਵੇਂ ਏਕਤਾ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੁਧਿਆਣਾ ਦੇ ਮੈਂਬਰ
ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਜਿਮ ਓਪਨ ਕਰਵਾਉਣ ਵਾਸਤੇ, ਕਿਉਂਕਿ ਜਿਹੜੇ ਜਿਮ ਨੇ ਇਹਨਾਂ ਨੂੰ ਨੈਗੇਟਿਵ ਸੋਚਣਾ ਰਾਜਨੀਤਿਕ ਲੋਕਾਂ ਨੇ ਬਣਾ ਦਿੱਤਾ ਨੈਗੇਟਿਵ, ਜਦਕਿ ਇਹ ਜਿਮ ਜਿਹੜਾ ਹੈ ਉਹ ਲੋਕਾਂ ਨੂੰ ਹੈਲਥ ਪ੍ਰੋਵਾਈਡ ਕਰਾਉਂਦਾ ਔਰ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਦੇ ਲਈ ਸਿਹਤਮੰਦ ਬਣਾਉਂਦਾ। ਲੇਕਿਨ ਇਹ ਪਿਛਲੇ ਦਿਨੀ ਜਦੋਂ ਸਰਕਾਰ ਸੀਗੀ ਉਸ ਟਾਈਮ ਇੱਕ ਫਰਮਾਨ ਜਾਰੀ ਕਰ ਦਿੱਤਾ ਵੀ ਕਰੋਨਾ ਦੇ ਦੌਰਾਨ ਜੀ ਜਿਮ ਬੰਦ ਪੂ ਟੋਟਲੀ ਔਰ ਰੈਸਟੋਰੈਂਟ ਅਤੇ ਹੋਰ ਜਿਹੜੇ ਬਾਹਰ ਹੈ ਉਹ 50% ਦੀ ਰੇਸ਼ੋ ਦੇ ਨਾਲ ਖੁੱਲ੍ਹੇ ਰਹਿਣਗੇ, ਕਿਉਂਕਿ ਰੈਸਟੋਰੈਂਟ ਦੇ ਬਾਹਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਨੂੰ ਜ਼ਿਆਦਾ ਪਸੰਦ ਨੇ, ਜਿਮ ਜਿਹੜੇ ਨਹੀਂ ਪਸੰਦ, ਕਿਉਂਕਿ ਆਪ ਤਾਂ ਤੁਸੀਂ ਦੇਖੇ ਢਿੱਡਲ ਹੁੰਦੇ ਨੇ, ਆਪ ਤਾਂ ਉਹਨਾਂ ਦੀਆਂ ਸਿਹਤਾਂ ਹੈਰਾਨੀ ਵਾਲੀਆਂ ਹਾਲਾਤ ਹੈ ਹੀ ਨੇ, ਅਤੇ ਉਹ ਸਾਡੇ ਪੰਜਾਬ ਦੇ ਯੂਥ ਨੂੰ ਵੀ ਇਹੋ ਜਿਹਾ ਬਣਾਉਣੇ ਚਾਹੁੰਦੇ ਨੇ। ਪਰ ਅੱਜ ਸਾਨੂੰ ਉਮੀਦ ਇਸ ਕਰਕੇ ਜਾਗੀ ਆ ਵੀ ਪੰਜਾਬ ਦੇ ਵਿੱਚ ਬਠਿੰਡਾ ਅਤੇ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਜਿਮ ਜਿਹੜੇ ਡਿਪਟੀ ਕਮਿਸ਼ਨਰਾਂ ਨੇ ਖੋਲ੍ਹ ਦਿੱਤੇ ਆ, ਕਿਉਂਕਿ ਇਲੈਕਸ਼ਨ ਕੋਡ ਆਫ ਕੰਡਕਟ ਲੱਗਣ ਦੇ ਕਾਰਨ ਸ਼ਹਿਰ ਦਾ ਜਿਹੜਾ ਰਾਜਾ, ਸ਼ਹਿਰ ਦੀ ਜਿਹੜੀ ਫੁੱਲ ਪਾਵਰ ਹੈ ਉਹ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਹੈ। ਤਾਂ ਸਾਨੂੰ ਉਮੀਦ ਹੈ ਕਿ ਡੀਸੀ ਸਾਹਿਬ ਸਾਡੀ ਮੰਗ ਜਿਹੜੀ ਆ ਮੰਨਣਗੇ ਔਰ ਜਿਹੜੇ ਜਿਮ ਹੈ ਓਪਨ ਕਰਵਾਉਣਗੇ, ਕਿਉਂਕਿ ਅਸੀਂ ਬੜੇ ਖੁਸ਼ਕਿਸਮਤ ਸੀਗੇ, ਪਰਮਾਤਮਾ ਦਾ ਸ਼ੁਕਰ ਕਰਦੇ ਸੀ ਵੀ ਸਾਨੂੰ ਇਹ ਜਿਹੜਾ ਕਿੱਤਾ ਤੁਸੀਂ ਜਿਹੜਾ ਜਿਮ ਵਾਲੀ ਲਾਈਨ ਹੈ ਉਹ ਦਿੱਤੀ ਆ, ਜਿੱਥੇ ਅਸੀਂ ਲੋਕਾਂ ਨੂੰ ਸਿਹਤ ਵੀ ਦਿੰਦੇ ਹਾਂ ਔਰ ਆਪਣਾ ਰੋਟੀ ਵੀ ਕਮਾ ਕੇ ਖਾਂਦੇ ਹਾਂ। ਲੇਕਿਨ ਇਹ ਰਾਜਨੀਤਿਕ ਲੋਕਾਂ ਨੇ ਇਸ ਨੂੰ ਨੈਗੇਟਿਵ ਬਣਾ ਕੇ ਅੱਜ ਦੇ ਯੂਥ ਦੇ ਵਿੱਚ ਬਹੁਤ ਰੋਸ਼ ਹੈ ਇਸ ਗੱਲ ਦਾ ਵੀ ਸਾਨੂੰ ਕੀ ਤੁਸੀਂ ਸਿਹਤਮੰਦ ਬਣਾਉਣਾ ਚਾਹੁੰਦੇ ਆ ਜਾਂ ਸਾਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਆ। ਸੋ ਅੱਜ ਅਸੀਂ ਮੰਗ ਰੱਖਣ ਆਏ ਹਾਂ ਡੀਸੀ ਸਾਹਿਬ ਕੋਲ ਕਿ ਜਲਦੀ ਤੋਂ ਜਲਦੀ ਜਿਮ ਓਪਨ ਕਰਵਾਏ ਜਾਣ। ਇਹਦੇ ਨਾਲ ਸਾਡੇ ਹਜ਼ਾਰਾਂ ਹੀ ਸਟਾਫ ਲੁਧਿਆਣਾ ਦੇ ਵਿੱਚ, ਲੱਖਾਂ ਹੀ ਸਟਾਫ ਔਰ ਜਿਮ ਓਨਰ ਔਰ ਜਿਨ੍ਹਾਂ ਨੇ ਜਿਮ ਰੈਂਟ 'ਤੇ ਦੇਣੇ ਆ ਉਹ ਬੇਰੋਜ਼ਗਾਰ ਵੀ ਹੋ ਗਏ, ਰੋਟੀਆਂ ਮੁਹਤਾਜ ਵੀ ਹੋ ਗਿਆ, ਕਿਉਂਕਿ ਪਿਛਲੀਆਂ ਦੋ ਵਾਰੀ ਜਿਮ ਬੰਦ ਹੋਣ ਕਰਕੇ ਹੀ ਬਹੁਤ ਜ਼ਿਆਦਾ ਲੋਸ ਹੋਇਆ ਸੀਗਾ। ਸੋ ਜਿਹੜੀ ਹੁਣ ਤੀਜੀ ਸੱਟ ਹੈ, ਕਹਿੰਦੇ ਨੇ ਤੀਜਾ ਹਾਰਟ ਅਟੈਕ ਝੱਲਿਆ ਨਹੀਂ ਜਾਂਦਾ, ਅਤੇ ਇਹ ਝੱਲਿਆ ਨਹੀਂ ਜਾਣਾ, ਇਹਦੇ ਨਾਲ ਸਾਡੇ ਯੂਥ ਨੂੰ ਔਰ ਸਾਡੀ ਜਿਮ ਇੰਡਸਟਰੀ ਨੂੰ ਬਹੁਤ ਵੱਡਾ ਲੋਸ ਹੋ ਰਿਹਾ। ਅਗਰ ਜਲਦੀ ਇਹ ਜਿਮ ਓਪਨ ਨਾ ਕਰਾਏ ਤਾਂ ਫਿਰ ਸਾਨੂੰ ਹੋਰ ਸੰਘਰਸ਼ ਜਿਹੜਾ ਤੇਜ਼ ਕਰਨਾ ਪਏਗਾ। ਜਿੱਦਾਂ ਪਹਿਲਾਂ ਸੜਕਾਂ 'ਤੇ ਆ ਕੇ ਰਾਜਨੀਤਿਕ ਲੋਕਾਂ ਦੇ ਅਸੀਂ ਪੁਤਲੇ ਫੂਕਦੇ ਸੀ, ਪਰ ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਕਰਾਂਗਾ ਕਿ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਸ ਤਰ੍ਹਾਂ ਦਾ ਕੁਝ ਕਰਨਾ ਪਏਗਾ, ਕਿਉਂਕਿ ਸ਼ਹਿਰ ਦੇ ਡਿਪਟੀ ਕਮਿਸ਼ਨਰ ਬਹੁਤ ਅੱਛੇ ਨੇ, ਉਹ ਸਾਡੀ ਆਵਾਜ਼ ਸੁਣਨਗੇ। ਸਰ ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਤੱਕ ਦੀ? ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਮ ਜਿਹੜੇ ਆ ਉਹ ਓਪਨ ਕਰਵਾਏ ਜਾਣ। ਹਾਂ, ਕਰੋਨਾ ਦੀ ਗਾਈਡਲਾਈਨ ਜਿਹੜੀਆਂ ਅਸੀਂ ਫੋਲੋ ਕਰਾਂਗੇ, ਚਾਹੇ ਸਾਨੂੰ ਇੱਕ ਇੱਕ ਘੰਟੇ ਦਾ ਜਿਹੜਾ ਬੈਚ ਉਹ 'ਚ 5-7-10 ਮੈਂਬਰ ਜਿਹੜੇ ਹੈ ਉਹ ਦਿੱਤੇ ਜਾਣ, ਚਾਹੇ 50% ਦੀ ਰੇਸ਼ੋ ਦਿੱਤੇ ਜਾਣ, ਜੋ ਵੀ ਕੰਡੀਸ਼ਨ ਲਗਾਈਆਂ ਜਾਣਗੀਆਂ ਅਸੀਂ ਉਹ ਵਧੀਆ ਤਰੀਕੇ ਦੇ ਨਾਲ, ਤਾਂ ਕਿ ਅਸੀਂ ਲੋਕਾਂ ਨੂੰ ਹੈਲਥ ਦੇਣੀ ਆ। ਅਸੀਂ ਵੀ ਚਾਹੁੰਦੇ ਹਾਂ ਕਿ ਜੇ ਕਰੋਨਾ ਸਾਨੂੰ ਹੋ ਜਾਏਗਾ, ਸਾਡੇ ਵੀ ਪਰਿਵਾਰ ਆ, ਸਾਡੇ ਵੀ ਬੱਚੇ ਆ, ਸਾਡੇ ਵੀ ਬਜ਼ੁਰਗ ਆ, ਉਹਨਾਂ ਨੂੰ ਨਹੀਂ ਹੋਏਗਾ।